ਸ਼੍ਰੀਕਾਲ ਜੀ, ਸਵਾਗਤ ਆ ਤੁਹਾਡਾ ਤੁਹਾਡੇ ਆਪਣੇ ਯੂਟਿਊਬ ਚੈਨਲ ਸਿੰਘ ਐਵਰੀਥਿੰਗ ਦੇ ਵਿੱਚ। ਜਿਹੜੇ ਦਰਸ਼ਕ ਨਵੇਂ ਜੁੜੇ ਨੇ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਲਾਈਕ ਅਤੇ ਬੈਲ ਦਾ ਬਟਨ ਦਬਾ ਲਓ ਤਾਂ ਜੋ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਦੋਸਤੋ, ਅੱਜ ਆਪਣੇ ਖੇਤ ਦੇ ਵਿੱਚ ਸੀਗੇ, ਅੱਜ ਮਸ਼ੀਨ ਬੀਜਣੀ ਹੈ। ਖੇਤ ਜਿਹੜਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਸਾਰਾ ਤਿਆਰ ਹੋ ਚੁੱਕਿਆ, ਵੱਟਾਂ ਪੈ ਚੁੱਕੀਆਂ ਨੇ। ਅਤੇ ਕੱਲ੍ਹ ਸ਼ਾਮ ਨੂੰ ਮੈਂ ਇਹਨਾਂ 'ਤੇ ਸਾਰਿਆਂ 'ਤੇ ਤਕਰੀਬਨ ਬੀਜ ਸਾਰਿਆਂ 'ਤੇ ਲਾ ਦਿੱਤੇ ਸੀਗੇ। ਇਹਨਾਂ ਦੇ ਵਿੱਚ ਮੂਲੀਆਂ, ਗਾਜਰਾਂ ਅਤੇ ਸ਼ਗਮਲ, ਇਹ ਸਾਰੇ ਬੀਜ ਮੈਂ ਇਹਨਾਂ 'ਤੇ ਲਾ ਚੁੱਕੇ ਹਾਂ। ਅਤੇ ਅੱਜ ਖੇਤ ਵਿੱਚ ਕੁਛ ਕੰਮ ਬਾਕੀ ਰਹਿ ਗਿਆ ਸੀਗਾ, ਅਤੇ ਉਹ ਵੀ ਤਿਆਰ ਹੋ ਚੁੱਕਿਆ ਤਕਰੀਬਨ ਸਾਰਾ। ਅਤੇ ਤੁਹਾਨੂੰ ਮੈਂ ਕੁਛ ਜ਼ਰੂਰੀ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ। ਤੋਂ ਵੱਟ ਦੀ ਕਿਆਰੇ ਦੀ ਦੂਰੀ ਹੈ ਉਹ ਮਿਨੀਮਮ ਘੱਟ ਤੋਂ ਘੱਟ ਮਤਲਬ ਨੋਰਮਲ ਰੱਖੀ ਜਾਵੇ ਤਾਂ ਜੋ ਸਾਨੂੰ ਇਹਨੂੰ ਸਿੰਚਾਈ ਕਰਨ ਵਿੱਚ ਪਾਣੀ ਜ਼ਿਆਦਾ ਨਾ ਖੜੇ। ਇਹਦੇ ਨਾਲ ਜਦੋਂ ਆਪਣਾ ਪਾਣੀ ਖੜੇਗਾ ਤਾਂ ਉਹਦੇ ਨਾਲ ਬੀਜ ਜਿਹੜਾ ਬਰਸੀਣ ਦਾ ਉਹ ਮਰਨ ਦੇ ਜ਼ਿਆਦਾ ਚਾਂਸ ਰਹਿੰਦੇ ਨੇ, ਕਿਉਂਕਿ ਸਰਦੀਆਂ ਦੇ ਵਿੱਚ ਵੀ ਆਪਾਂ ਨੂੰ ਬਹੁਤ ਪਤਲਾ ਪਤਲਾ ਨਾ ਰਹਿਣਗੇ ਤਾਂ ਉਹ ਪਾਣੀ ਜਲਦੀ ਲੱਗ ਜੂਗਾ, ਅਤੇ ਇਹਦੇ ਨਾਲ ਬਰਸੀਣ ਜਿਹੜੀ ਆਪਣੇ ਪਾਣੀ ਖੜਨ ਦੇ ਨਾਲ ਮਰੇਗੀ ਨਹੀਂ। ਇਹਦੇ ਨਾਲ ਸਾਡੇ ਲਸਣ ਲਾ ਰਹੇ ਨੇ, ਅਤੇ ਉੱਧਰ ਮੰਮੀ ਜੀ ਸਾਡੇ ਲਸਣ ਦਾ ਬੀਜ ਤਿਆਰ ਕਰਕੇ ਦੇ ਰਹੇ ਨੇ। ਤਾਂ ਉਹਨੂੰ ਇੱਕ ਬਾਲਟੀ ਦੇ ਵਿੱਚ ਪਾਣੀ ਪਾ ਕੇ ਭਿਉਂ ਲਿਓ, ਅਤੇ ਕਾਸ਼ਣੀ ਦਾ ਬੀਜ ਜਿਹੜਾ ਉਹ ਹਲਕਾ ਹੁੰਦਾ ਉੱਪਰ ਆ ਜਾਏਗਾ ਅਤੇ ਬੀਜ ਥੱਲੇ ਰਹਿ ਜਾਏਗਾ। ਤਾਂ ਇਸ ਨੂੰ ਉੱਪਰੋਂ ਕਿਸੇ ਪੁਣਨੀ ਨਾਲ ਸਾਫ਼ ਕਰਕੇ ਕੱਢ ਦਿਓ, ਅਤੇ ਮੇਰਾ ਜਿਹੜਾ ਬੀਜ ਹੈ ਬਿਲਕੁਲ ਸਾਫ਼ ਹੈ, ਤੁਸੀਂ ਦੇਖ ਰਹੇ ਹੋ। ਤਾਂ ਇਹ ਬੀਜ ਇੱਕ ਥੈਲੇ ਦੇ ਉੱਤੇ ਪਾ ਲਓ। ਸਾਫ਼ ਸੂਹ ਆਪਾਂ ਇਸ ਬੀਜ ਦੇ ਵਿੱਚ ਮਿਲਾ ਦੇਣੀ ਹੈ, ਜ਼ਿਆਦਾ ਨਹੀਂ ਮਿਲਾਉਣੀ ਕਿਸਾਨ ਵੀਰੋ, ਨਹੀਂ ਤਾਂ ਇਹ ਕੌੜੀ ਹੋ ਜੂਗੀ, ਪੱਠੇ ਨਹੀਂ ਖਾਂਦੇ ਪਸ਼ੂ। ਅਤੇ ਵਿੱਚ ਮਿਲਾਉਣੀ ਆਪਾਂ ਹਲੋਂ, ਇਹ ਹਲੋਂ ਹੈਗੀ ਹੈ ਤੁਸੀਂ ਦੇਖ ਰਹੇ ਹੋ, ਹਲੋਂ ਮਿਲਾ ਦੇਣੀ ਹੈ। ਹਲੋਂ ਮਿਲਾਉਣ ਤੋਂ ਬਾਅਦ ਗੋਭੀ ਸਰੋਂ ਤੁਸੀਂ ਦੇਖ ਰਹੇ ਹੋ, ਅਤੇ ਗੋਭੀ ਸਰੋਂ ਮਿਲਾ ਦੇਣੀ ਆਪਾਂ, ਰਾਇਆ ਅਤੇ ਤੋੜੀਆ ਇਹ ਮਿਲਾ ਲੈਣਾ ਜ਼ਰੂਰਤ ਮੁਤਾਬਕ। ਮੇਥੇ ਵੀ ਤੁਸੀਂ ਪਾ ਸਕਦੇ ਹਾਂ ਪਸ਼ੂਆਂ ਵਾਸਤੇ, ਇਹ ਗਰਮ ਹੁੰਦੇ ਨੇ ਸਰਦੀਆਂ ਵਾਸਤੇ। ਮੇਥਾ, ਰਾਈ, ਰਾਇਆ, ਤੋੜੀਆ, ਹਲੋਂ, ਸੂਹ, ਇਹ ਪਸ਼ੂ ਨੂੰ ਬੈਬਾਦੀ ਨਹੀਂ ਹੋਣ ਦਿੰਦੇ, ਅਤੇ ਪਸ਼ੂ ਦੇ ਚਿੱਚੜ ਜੂਆਂ ਜਿਹੜੀਆਂ ਆਪਾਂ ਕਹਿ ਦਿੰਦੇ ਹਾਂ ਉਹ ਵੀ ਨਹੀਂ ਲੱਗਦੀਆਂ, ਅਤੇ ਤੰਦਰੁਸਤ ਸਰੀਰ ਪਸ਼ੂ ਦਾ ਰਹਿੰਦਾ ਉਹਦੇ ਨਾਲ ਹੀ। ਜਦੋਂ ਪਰਿਵਾਰ ਦੁੱਧ ਪੀਂਦਾ ਤਾਂ ਉਹ ਵੀ ਤੰਦਰੁਸਤ
ਰਹੇਗਾ ਅਤੇ ਫੈਟ ਵੀ ਵਧੇਗੀ ਦੁੱਧ। ਜਿਹੜੇ ਕਿਸਾਨ ਵੀਰ ਜ਼ਿਆਦਾ ਮੱਝਾਂ ਪਾਲਦੇ ਆ, ਦੁੱਧ ਪਾਉਂਦੇ ਆ ਡੈਰੀਆਂ 'ਚ, ਉਹਨਾਂ ਦਾ ਦੁੱਧ ਦੀ ਫੈਟ ਵੀ ਵਧੇਗੀ ਇਸ ਫਾਰਮੂਲੇ ਦੇ ਨਾਲ। ਇਹ ਆਯੁਰਵੈਦਿਕ ਫਾਰਮੂਲਾ ਇੱਕ ਤਰ੍ਹਾਂ ਦਾ। ਅੱਗੇ ਤੋਂ ਅੱਗੇ ਜਾਣਕਾਰੀ ਸ਼ੇਅਰ ਕਰੋ ਤਾਂ ਜੋ ਕਿ ਸਾਰੇ ਕਿਸਾਨਾਂ ਦਾ ਭਲਾ ਹੋ ਸਕੇ। ਬੀਜ ਨੂੰ ਚੰਗੀ ਤਰ੍ਹਾਂ ਮਿਲਾ ਲੈਣਾ, ਥੋੜ੍ਹਾ ਥੋੜ੍ਹਾ ਕਰਕੇ ਇਹਦਾ ਛਿੱਟਾ ਦੇ ਦੇਣਾ।